ਗੁਰੂ ਪਿਆਰੇ ਸਾਹਿਬ ਜੀ, ਜਿਸ ਤਰ੍ਹਾਂ ਦੁਨਿਆਵੀ ਵਿੱਦਿਆ ਲੈਣ ਵਾਸਤੇ ਸਾਨੂੰ ਕਿਸੇ ਸਕੂਲ ਵਿੱਚ ਭਰਤੀ ਹੋਣਾ ਪੈਂਦਾ ਹੈ ਅਤੇ ਉੱਥੋਂ ਦੀ ਯੂਨੀਫਾਰਮ ਪਾਉਣੀ ਪੈਂਦੀ ਹੈ, ਇਸੇ ਤਰ੍ਹਾਂ ਗੁਰਮਤ ਦੇ ਮਾਰਗ 'ਤੇ ਚੱਲਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਕੂਲ ਵਿੱਚ ਭਰਤੀ ਹੋਣ ਵਾਸਤੇ ਸਾਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ। ਅਤੇ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਤਾਂ ਜੋ ਸਾਡੇ ਅੰਦਰ ਤਾਕਤ ਪੈਦਾ ਹੋ ਜਾਂਦੀ ਹੈ, ਉਸ ਤਾਕਤ 'ਤੇ ਅੰਮ੍ਰਿਤ ਦੀ ਸ਼ਕਤੀ 'ਤੇ ਇੱਕ ਕਵਿਤਾ ਅਕਾਲ ਅਕੈਡਮੀ ਦੀ ਇਹ ਨੰਨੀ ਜਿਹੀ ਚੰਗਣ ਆਪ ਜੀ ਦੀ ਸੇਵਾ ਵਿੱਚ ਰੱਖ ਰਹੀ ਹੈ। ਕਵਿਤਾ ਦੇ ਬੋਲ ਹਨ, ਅੰਮ੍ਰਿਤ ਦੀ ਸ਼ਕਤੀ ਏਡੀ ਹੈ ਜੋ ਪੀਂਦੇ ਉਹ ਘਬਰਾਉਂਦੇ ਨਹੀਂ, ਪੁਰਜਾ ਪੁਰਜਾ ਘਟ ਜਾਂਦੇ ਨੇ।